ਅਕਸਰ ਹੀ ਅਸੀਂ ਕਈ ਨੌਜਵਾਨਾਂ ਨੂੰ ਚੋਰੀ ਕਰਦਿਆਂ ਵੇਖਿਆ, ਪਰ ਹੁਣ ਤੁਸੀਂ ਵੇਖੋ ਚੂੜੇ ਵਾਲੀ ਚੋਰਨੀ, ਜਿਸਨੇ ਬੜੇ ਹੀ ਸ਼ਾਤਰ ਤਰੀਕੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਸਦਾ ਸਾਥ ਦਿੱਤਾ ਹੈ ਇਸਦੇ ਸਾਥੀ ਚੋਰ ਨੇ, ਅਤੇ ਇਹ ਸਾਰੀ ਘਟਨਾ ਗਲੀ ਚ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਜਾਂਦੀ ਹੈ। ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਕਿ ਇਹ ਨਵ ਵਿਆਹਤਾ ਕੁੜੀ, ਜਿਸਦੇ ਹੱਥਾਂ ਦੇ ਵਿੱਚ ਲਾਲ ਚੂੜਾ ਪਾਇਆ ਹੁੰਦਾ ਹੈ, ਇਹ ਸਕੂਟਰੀ ਤੇ ਬੈਠੀ ਹੁੰਦੀ ਹੈ, ਤੇ ਇੰਨੇ ਦੇ ਵਿੱਚ ਹੀ ਇਸਦਾ ਸਾਥੀ ਨੌਜਵਾਨ ਵੀ ਆ ਜਾਂਦਾ ਹੈ। ਆਪਸ ਦੇ ਵਿੱਚ ਗੱਲਾਂ ਕਰਦੇ ਨੇ ਤੇ ਇਹ ਕੁੜੀ ਮਿੰਟਾਂ ਸਕਿੰਟਾਂ ਦੇ ਵਿੱਚ ਸਕੂਟਰੀ ਨੂੰ ਸਟਾਰਟ ਕਰਦੀ ਹੈ ਤੇ ਲੈ ਜਾਂਦੀ ਹੈ, ਅਤੇ ਅੱਗੇ ਜਾ ਕੇ ਇਸਦਾ ਸਾਥੀ ਵੀ ਇਸਦੇ ਨਾਲ ਸਕੂਟਰੀ ਤੇ ਬੈਠਦਾ ਹੈ, ਤੇ ਇਹ ਦੋਵੇਂ ਜਣੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ। ਅਤੇ ਜਿਸ ਵਿਅਕਤੀ ਦੀ ਇਹਨਾਂ ਨੇ ਸਕੂਟਰੀ ਚੋਰੀ ਕੀਤੀ ਹੈ ਉਹ ਭਾਜਪਾ ਲੀਡਰ ਹੈ। ਦਰਅਸਲ ਇਹ ਮਾਮਲਾ ਲੁਧਿਆਣਾ ਦੀ ਨਿਊ ਮਾਡਲ ਟਾਊਨ ਇਲਾਕੇ ਤੋਂ ਸਾਹਮਣੇ ਆਇਆ, ਜਿੱਥੇ ਨਵ ਵਿਆਹਤਾ ਨੇ ਇਸ ਭਾਜਪਾ ਲੀਡਰ ਦੀ ਸਕੂਟਰੀ ਚੋਰੀ ਕੀਤੀ ਹੈ। ਫਿਲਹਾਲ ਇਹ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਭਾਜਪਾ ਲੀਡਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ 'ਚ ਹੁਣ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉੱਥੇ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। 11:40 ਤੇ ਮੇਰੇ ਆਪਣਾ ਐਕਟਿਵਾ ਖੜਾ ਸੀ ਬਾਹਰ, ਇੱਕ ਲੜਕਾ ਤੇ ਲੜਕੀ ਆਏ ਨੇ, ਲੜਕੀ ਦੇ ਹੱਥ 'ਤੇ ਚੂੜਾ ਪਾਇਆ ਹੋਇਆ ਵੈ, ਤੇ ਮੈਂ 11:45 ਬਾਹਰ ਆਇਆ ਤੇ ਮੈਨੂੰ ਸਕੂਟਰ ਨਹੀਂ ਨਜ਼ਰ ਆਇਆ ਮੇਰਾ ਉੱਥੇ ਖੜਾ ਐਕਟਿਵਾ ਬਲੂ ਰੰਗ ਦਾ, ਤੇ ਮੈਂ ਜਦੋਂ ਸੀਸੀਟੀਵੀ ਦੇਖੀਆਂ ਫੋਟੋਜ਼ ਦੇਖੀਆਂ ਤੇ 11:42 ਤੇ ਇੱਕ ਲੜਕੀ ਨੂੰ ਲੜਕੇ ਨੇ ਚਾਬੀ ਪਕੜਾਈ ਹੈ ਤੇ ਉਹਨੇ ਚਾਬੀ ਲਗਾਈ ਹੈ ਤੇ ਚਾਬੀ ਲੱਗ ਗਈ ਮੇਰੇ ਐਕਟਿਵਾ ਨੂੰ, ਉਹਨੇ ਸਟਾਰਟ ਕੀਤਾ ਤੇ 10-20 ਕਦਮਾਂ ਦਾ ਲੜਕਾ ਪਹਿਲੇ ਅੱਗੇ ਜਾ ਕੇ ਖੜ ਗਿਆ, ਉਹਨੇ ਜਾ ਕੇ ਆਪਣੇ ਲੜਕੇ ਨੂੰ ਨਾਲ ਬਿਠਾਇਆ ਤੇ ਐਕਟਿਵਾ ਲੈ ਕੇ ਫਰਾਰ ਹੋ ਗਈ ਉੱਥੇ। ਤੇ ਕਿੰਨਾ ਸਮਾਂ ਲਾਇਆ ਉਹਨਾਂ ਨੇ ਐਕਟਿਵਾ ਚੋਰੀ ਕਰਨ? ਸਮੇਂ ਲੱਗੇ ਹੀ ਕੋਈ ਨੀ ਗਾ, ਉਹਨੇ ਚੋਰ ਕੀ ਹੋਣੀ ਉਹਨਾਂ ਕੋਲ ਜਿਹੜੀ ਹੁੰਦੀ ਐਕਟਿਵਾ ਦੀ ਕੋਈ ਉਹਨਾਂ ਕੋਲ, ਉਹਨੇ ਆਈ ਹੈ ਜਦੇ ਕੀ ਲਗਾਈ ਚਾਬੀ ਲੱਗ ਗਈ ਉਹਨੂੰ, ਤੇ ਛੱਤ 'ਚ ਉਹਨੇ ਚੂੜਾ ਪਾਇਆ ਹੋਇਆ ਵਾ ਜਿਵੇਂ ਨਵਾਂ ਵਿਆਹ ਹੋਇਆ ਹੁੰਦਾ ਕਿਸੇ ਦਾ, ਨਵੀਂ ਵਿਆਹੀ ਜੋੜੀ ਸੀ। ਮੇਰੇ ਤੋਂ ਪਿੱਛੇ ਪਹਿਲੇ ਉਹਨਾਂ ਹੋਰ ਕਿਸੇ ਐਕਟਿਵਾ ਤੇ ਟਰਾਈ ਕੀਤੀ ਗਲੀ ਦੇ ਵਿੱਚ, ਉਹਨਾਂ ਕੋਲ ਖੁੱਲਿਆ ਨੀ, ਤੇ ਥੋੜੀ ਦੇਰ ਬਾਅਦ ਫਿਰ ਉਹ ਜਦੋਂ ਅੱਗੇ ਨੂੰ 20-50 ਕਦਮ ਵਧੇ ਤੇ ਮੇਰੇ ਘਰ ਤੱਕ ਆ ਗਏ ਤੇ ਮੇਰੇ ਘਰ ਦੇ ਬਾਹਰ ਖੜੇ ਸੀ ਜਿੱਦਾਂ ਰੂਟੀਨ 'ਚ ਖੜਾ ਹੁੰਦਾ ਵਾ। ਠੀਕ ਹੈ, ਤੇ ਲੱਗਦਾ ਵੀ ਲੋਕਾਂ ਨੂੰ ਡੋਟ ਬਣਾਵੇ, ਸ਼ੱਕ ਬਣਾਵੇ ਵੀ ਨਵੀਂ ਵਿਆਹੀ ਜੋੜੀ ਹੈ, ਵੀ ਲੱਗਦਾ ਵੀ ਚਾਬੀ ਲਾਈ ਤੇ ਸ਼ੁਭ ਮੰਤਰ ਆ, ਪਤਾ ਹੀ ਲੱਗਿਆ, ਏਦਾਂ ਲੱਗ ਹੀ ਨਹੀਂ ਰਿਹਾ ਵੀ ਚੋਰ ਹੈਗੇ, ਐਂ ਲੱਗਿਆ ਵੀ ਜਿਵੇਂ ਕੋਈ ਆਪਣਾ ਹੀ ਐਕਟਿਵਾ ਲੈ ਕੇ ਜਾ ਰਿਹਾ ਵਾ, ਕਿਸੇ ਨੂੰ ਡਾਊਟ ਹੀ ਨਹੀਂ ਹੋਇਆ, ਵੈਸੇ ਉਸ ਟਾਈਮ ਤੇ ਕੋਈ ਹੈ ਨਹੀਂ ਸੀ। ਐਕਟਿਵਾ ਲੜਕੀ ਚ ਲੈ ਕੇ ਲੈ ਕੇ ਗਈ? ਲੜਕੀ ਚ ਲਾ ਕੇ ਲੈ ਕੇ ਗਈ ਜੀ, ਫੋਟੋ ਹੈਗੀਆਂ, ਬੀਬੀ ਹੈਗੀ। ਕਿੰਨੀ ਕੁ ਉਮਰ ਲੱਗਦੀ ਹੈ? ਲੱਗਦਾ ਵੀ ਨਵੀਂ ਵਿਆਹੀ ਜੋੜੀ ਸੀ, ਛੋਟੀ ਉਮਰ ਦੀ, 20-22 ਸਾਲ ਦੀ ਲੱਗਦੀ ਜੀ ਲੜਕੀ। ਅੱਛਾ, ਲੱਗਦਾ ਵੀ ਜਿਹੜੀ ਇਹ ਲੋਕ ਕਰਦੇ ਵੀ ਨਸ਼ੇ ਦੇ ਕਾਰਨ ਜਾਂ? ਹਾਂ, ਨਸ਼ਾ ਵਧਿਆ ਹੈ, ਨਸ਼ੇ ਕਰਕੇ ਹੀ ਚੋਰੀਆਂ ਹੋ ਰਹੀਆਂ ਜ਼ਿਆਦੀਆਂ, ਤੇ ਆਪਣੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਹੀ ਇਹ ਚੀਜ਼ਾਂ ਸਾਰੀਆਂ ਹੋ ਰਹੀਆਂ, ਐਕਟਿਵਾ ਚੋਰੀ ਹੋ ਰਹੇ, ਮੋਟਰਸਾਈਕਲ ਚੋਰੀ ਹੋ ਰਹੇ, ਬਹੁਤ ਬੁਰਾ ਹਾਲ ਹੈ। ਸਰ, ਕਾਫੀ ਸਮਾਂ ਭਾਜਪਾ ਦੇ ਵਿੱਚ ਵੀ ਤੁਸੀਂ ਜ਼ਿੰਮੇਵਾਰੀ ਨਿਭਾਈ ਹੈ, ਬੀਜੇਪੀ ਤੋਂ ਲੀਡਰ ਵੀ ਹੋ ਤੁਸੀਂ, ਤੇ ਕਿਹੜੇ ਏਰੀਆ 'ਚ ਰਹਿੰਦੇ ਹੋ, ਕੀ ਅਹੁਦਾ ਤੁਹਾਡੇ ਕੋਲ? ਮੈਂ ਵਾਰਡ ਨੰਬਰ 72 'ਚ ਰਹਿੰਦਾ ਵਾਂ ਜੀ, ਭਾਜਪਾ ਦਾ ਵਰਕਰ ਹੈਗਾ ਵਾਂ, ਨਿਊ ਮਾਡਲ ਟਾਊਨ ਰਿਹਾਇਸ਼ ਆ ਸਾਡੀ। ਅੱਛਾ, ਬੀਜੇਪੀ ਤੋਂ ਬਿਲੋਂਗ ਕਰਦੇ? ਹਾਂਜੀ ਹਾਂਜੀ। ਅੱਛਾ, ਕੰਪਲੇਂਟ ਕਰਾਈ ਜੀ ਉਲਟਾ ਨੇ? ਮੈਂ ਪੁਲਿਸ ਚੌਂਕੀ ਕੋਚਰ ਮਾਰਕੀਟ ਕੰਪਲੇਂਟ ਦਿੱਤੀ ਹੋਈ ਉੱਥੇ। ਅੱਛਾ, ਪੰਚਾਇਤ ਸਾਹਿਬ ਨਾਲ ਹੋਈ? ਹਾਂਜੀ ਹਾਂਜੀ ਹੋਈ। ਕੀ ਕਿਹਾ, ਕੀ ਭਰੋਸਾ ਦਿੱਤਾ ਉਹਨਾਂ ਨੂੰ? ਉਹਨਾਂ ਨੂੰ ਅੱਜ ਫੋਟੋਜ਼ ਦਿੱਤੀਆਂ ਸਾਰੀਆਂ, ਇਨਵੈਸਟੀਗੇਸ਼ਨ ਕਰ ਰਹੇ ਆ, ਕੋਸ਼ਿਸ਼ ਕਰ ਰਹੇ, ਕਹਿੰਦੇ ਲੱਗਦਾ ਵਿਆਹ ਵੀ ਉਹਨਾਂ ਨੂੰ ਦੱਸਿਆ ਵੀ ਚੂੜੇ ਵਾਲੀ। ਹਾਂ, ਸਾਰਾ ਦਿੱਤੀਆਂ ਫੋਟੋਜ਼ ਦਿੱਤੀਆਂ ਉਹਨਾਂ ਨੂੰ, ਵੀਡੀਓ ਦਿੱਤੀਆਂ। ਲੱਗਦਾ ਚੂੜੇ ਵਾਲੀ ਭਾਬੀਆਂ ਵੀ ਮਸ਼ਹੂਰ ਹੋਣਗੀਆਂ। ਡੈਫੀਨੇਟਲੀ। ਠੀਕ ਹੈ, ਤੇ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਵੀ ਅੱਜ ਕੱਲ੍ਹ ਵਿਸ਼ਵਾਸ ਕਰਨਾ ਚਾਹੀਦਾ ਵੀ ਚੂੜੇ ਵਾਲੀਆਂ ਤੋਂ ਵੀ? ਅੱਜ ਕੱਲ੍ਹ ਵਿਸ਼ਵਾਸ ਨੂੰ ਚੋਰਾਂ ਦੇ ਉੱਤੇ ਕਾਹਦਾ ਵਿਸ਼ਵਾਸ ਹੈ, ਕੋਈ ਵੀ ਕਰ ਸਕਦਾ। ਮੇਰਾ ਹੈਰਾਨਗੀ ਵਾਲੀ ਗੱਲ ਹੈ ਵੀ ਜਿਵੇਂ ਲੜਕੀ ਇੱਕ ਚੂੜੇ ਵਾਲੀ ਚੋਰੀ ਕਰਕੇ ਲੈ ਕੇ ਗਈ ਹੈ, ਮੈਂ ਤਾਂ ਪਹਿਲਾਂ ਕੇਸ ਹੀ ਦੇਖਿਆ ਵੀ ਲੜਕੀ ਵੀ ਐਕਟਿਵਾ ਚੱਕ ਰਹੀ ਹੈ, ਇਨ ਕੇਸ ਤਾਂ ਲੜਕੇ ਚੱਕਦੇ ਦੇਖੇ ਨੇ।
ਤੇ ਚੌਂਕੀ ਕਿੰਨੀ ਕੁ ਦੂਰੀ ਤੇ ਹੈ ਭਾਜੀ ਉਹ ਤੋਂ? ਚੌਂਕੀ ਤੇ 400 ਮੀਟਰ ਤੇ ਚੌਂਕੀ ਕੋਈ ਜ਼ਿਆਦਾ ਦੂਰ ਤਾਂ ਹੈ ਨਹੀਂ ਸੀ। 400 ਮੀਟਰ ਦੇ ਕੈਮਰੇ ਲੱਗੇ ਉਹਨਾਂ, ਕੋਈ ਡਰ ਨਹੀਂ, ਖੌਫ ਨਹੀਂ ਆ, ਕੋਈ ਉਹਨਾਂ ਨੇ ਮੂੰਹ ਤੇ ਕੁਝ ਨਹੀਂ ਬੰਨਿਆ, ਕੋਈ ਕੱਪੜਾ ਨਹੀਂ ਲਪੇਟਿਆ, ਲੜਕਾ ਵੀ ਉਦਾਂ ਹੀ ਹੈ ਤੇ ਲੜਕੀ ਵੀ ਬੜੇ ਆਰਾਮ ਨਾਲ ਤਿਆਰ ਸ਼ਿਆਰ ਹੈ ਜਿਵੇਂ ਹੁੰਦਾ। ਚੌਂਕੀ ਕੋਚਰ ਮਾਰਕੀਟ ਦੇ ਨਜ਼ਦੀਕ ਥਾਣਾ? ਨਾ, ਕੁਝ ਆਪਣਾ ਚੌਂਕੀ ਕੋਚਰ ਮਾਰਕੀਟ। ਠੀਕ ਹੈ ਜੀ। ਥਾਣਾ 5 ਨੰਬਰ? ਥਾਣਾ 5 ਨੰਬਰ।